Oh,
ਜਵਾਬ ਨਾ ਮੰਗੇ ਜਿੱਥੇ ਜ਼ਰਾ ਕਨਫਿਊਜ਼ਨ ਪੈਦਾ ਹੋਵੇ ਇਹ ਨਹੀਂ ਸੋਚਣਾ ਖੌਰੇ ਬਾਣੀ ਸਾਨੂੰ ਸਮਝਾ ਨਹੀਂ ਸਕੀ ਬਾਣੀ ਗੁਰੂ ਹੈ ਗੁਰੂ ਦਾ ਕੰਮ ਹੈ ਸਮਝਾਉਣਾ ਇਸੇ ਲਈ ਜੇ ਕਿਤੇ ਸਾਡੀ ਅਲਪ ਮਤ ਹੋਣ ਕਰਕੇ ਕਿਤੇ ਸਮਝ ਨਾ ਪਵੇ ਸਾਨੂੰ ਗੁਰਬਾਣੀ ਕੋਲੋਂ ਹੀ ਜਵਾਬ ਮੰਗਣਾ ਪਏਗਾ ਇਹ ਸ਼ਬਦ ਬਾਬਾ ਕਬੀਰ ਜੀ ਦਾ ਕਈ ਵਾਰ ਇਸਦੇ ਅਰਥਾਂ ਦੀ ਥਾਂ ਅਨਰਥ ਵੀ ਹੋਏ ਜਦੋਂ ਅਸੀਂ ਬੜੇ ਸਾਦੇ ਦੇ ਢੰਗ ਨਾਲ ਇਹਨੂੰ ਪੜਾਂਗੇ ਕਈ ਵਾਰ ਅਨਰਥ ਕਰ ਬੈਠਾਂ ਬਾਬਾ ਕਬੀਰ ਉਹਨਾਂ ਦਾ ਗੁਰੂ ਵੈਸ਼ਨਵ ਸਾਧੂ ਰਾਮਾਨੰਦ ਪੀਲੇ ਕੱਪੜੇ ਪਾਉਣ ਵਾਲਾ ਪੀਤਾਂਬਰ ਪੀਲੇ ਕੱਪੜੇ ਪਾਉਣ ਵਾਲਾ ਅੰਬਰ ਕਹਿੰਦੇ ਨੇ ਕੱਪੜਿਆਂ ਨੂੰ ਪੀਤ ਕਹਿੰਦੇ ਨੇ ਪੀਲਿਆਂ ਨੂੰ ਪੀਲੇ ਪਹਿਰਾਵੇ ਵਾਲਾ ਪਗਲੇ ਪਹਿਰਾਵੇ ਵਾਲਾ ਰਾਮਾਨੰਦ ਗੋਮਤੀ ਦੇ ਕੰਢੇ ਰਹਿੰਦਾ ਤੇ ਬਾਬਾ ਕਬੀਰ ਕਹਿੰਦੇ ਨੇ ਮੇਰੀ ਤਾਂ ਹੱਜ ਮੇਰੀ ਤਾਂ ਯਾਤਰਾ ਗੋਮਤੀ ਦਾ ਕਿਨਾਰਾ ਬਸ ਉੱਥੇ ਮੇਰਾ ਗੁਰੂ ਰਹਿੰਦਾ ਉਹ ਮੇਰਾ ਤੀਰਥ ਬੜਾ ਵਿਸਥਾਰ ਕੀਤਾ ਗਿਆ ਸ਼ਬਦ ਦਾ ਇਸ ਕਹਾਣੀ ਦੇ ਦੁਆਲੇ ਜਦੋਂ ਅਸੀਂ ਗੁਰਬਾਣੀ ਕੋਲੋਂ ਗੁਰਬਾਣੀ ਸਮਝਾਂਗੇ ਨਾ ਫਿਰ ਕਨਫਿਊਜ਼ ਨਹੀਂ ਹੋਵਾਂਗੇ ਹੁਣ ਇੱਕ ਪਾਸੇ ਬਾਬਾ ਕਬੀਰ ਵਾਰ ਵਾਰ ਇਹ ਗੱਲ ਆਖ ਰਹੇ ਨੇ ਕਿ ਨਾ ਮੈਂ ਹੱਜ ਜਾਣਾ ਨਾ ਮੈਂ ਤੀਰਥ ਯਾਤਰਾ ਜਾਣਾ ਹੁਣ ਇਹ ਵੀ ਬਾਬਾ ਕਬੀਰ ਜੀ ਦੇ ਲਫ਼ਜ਼ ਨੇ
ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਕਰਮ ਕਾਂਡ ਨਹੀਂ ਸਿਖਾਉਂਦਾ। ਇਸ ਕਰਮ ਕਾਂਡ ਜਾਲ ਵਿੱਚੋਂ ਬਾਹਰ ਕੱਢ ਕੇ ਮਨੁੱਖ ਦਾ ਜੀਵਨ ਬੜਾ ਈਜ਼ੀ ਸੁਖਾਲਾ ਤੇ ਧਰਮੀ ਬਣਾਉਂਦਾ। ਇਸੇ ਲਈ ਤੀਰਥਾਂ ਦੀਆਂ ਯਾਤਰਾ ਤੇ ਲੰਬੀਆਂ ਲੰਬੀਆਂ ਯਾਤਰਾ ਕੱਢ ਲੈਣੀਆਂ, ਇੱਥੇ ਨਾ ਗਏ ਤਾਂ ਮੁਕਤੀ ਨਹੀਂ ਹੋਣੀ। ਮੁਕਤੀ ਨੂੰ ਆਪਣੇ ਜੀਵਨ ਦੇ ਧਰਮ ਕਰਮ ਨੂੰ ਅਸਥਾਨਾਂ ਨਾਲ ਤੇ ਇਮਾਰਤਾਂ ਨਾਲ ਤੇ ਬਿਲਡਿੰਗਾਂ ਨਾਲ ਜੋੜ ਲੈਣਾ। ਸਾਡੇ ਵਿੱਚ ਵੀ ਉਹਨੇ ਬੜਾ ਕੁਝ ਮੈਂ ਗੱਲ ਕੀਤੀ ਸੀ ਵੀ ਜੇ ਇਸ ਇੰਨੇ ਕੁ ਸੰਸਾਰ ਦੇ ਵਿੱਚੋਂ ਲੰਘ ਜਾਓ ਮੁਕਤੀ ਹੋ ਜਾਂਦੀ। ਸਾਰੀ ਜ਼ਿੰਦਗੀ ਕੁਝ ਵੀ ਨਾ ਕਰੋ, ਭਾਵ ਬਾਣੀ ਨੂੰ ਗੁਰਮਤ ਨੂੰ ਸਮਝਣ ਦੀ ਲੋੜ ਨਹੀਂ, ਇੱਕ ਵਾਰ ਸੰਸਾਰ ਵਿੱਚੋਂ ਲੰਘ ਜਾਓ ਮੁਕਤ ਹੋ ਗਿਆ। ਐਸਾ ਕੰਮ ਕਰਨਾ ਹੈ। ਹੁਣ ਫਿਰ ਜ਼ੋਰ ਲੱਗਾ ਹੋਇਆ ਕਰਮ ਕਾਂਡ ਦੀ ਸੰਸਾਰ ਪੈਦਾ ਕਰਨ ਦਾ। ਪਰ ਮੈਂ ਅੱਜ ਗੁਰਬਾਣੀ ਦੇ ਸ਼ਬਦ ਦੀ ਵਿਚਾਰਧਾਰਾ ਨੂੰ ਸਮਝਣਾ ਚਾਹੁੰਦਾ ਹਾਂ। ਬਾਬਾ ਕਬੀਰ ਜੀ ਦਾ ਹੀ ਲਫ਼ਜ਼ ਹੈ, ਕਹਿੰਦੇ ਹਜ ਕਾ ਭੇਜਾਓ ਨਾ ਤੀਰਥ ਪੂਜਾ, ਨਾ ਮੈਂ ਤੀਰਥਾਂ ਤੇ ਜਾ ਕੇ ਪੂਜਾ ਕਰਨਾ, ਨਵੇਂ ਤੀਰਥਾਂ ਦਾ ਪੁਜਾਰੀ ਤੇ ਮੈਂ ਮੁਸਲਮਾਨ ਵੀਰ ਨੂੰ ਵੀ ਮੁਖਾਤਬ ਕਰਕੇ ਕਹਿਣਾ ਨਾ ਮੈਂ ਹੱਜ ਨੂੰ ਮਾਨਤਾ ਦੇਣਾ, ਕਿਉਂਕਿ ਗੱਲ ਦੋਵਾਂ ਨੂੰ ਸਮਝਾਉਣ ਦੀ ਕਰਦਾ। ਬਾਬਾ ਕਬੀਰ ਜੀ ਦੀ ਮੁਖਾਤ ਰਚਨਾ ਜਿਹੜੀ ਹੈ ਨਾ ਮੈਂ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰ ਮੈਂ ਰੱਬ ਦਾ ਤੇ ਰੱਬ ਸਾਰਿਆਂ ਦਾ, ਇਸ ਲਈ ਮੈਂ ਕਿਸੇ ਇੱਕ ਫਿਰਕੇ ਨਾਲ ਵੱਖਰਾ ਨਹੀਂ ਜੁੜਨਾ ਚਾਹੁੰਦਾ। ਮੈਂ ਗੱਲ ਵੀ ਕਰਨਾ ਤੇ ਸਾਰਿਆਂ ਨੂੰ ਸਮਝਾਉਣ ਲਈ ਕਰਨਾ, ਸਾਰਿਆਂ ਨੂੰ ਇੱਕੋ ਰੱਬ ਨਾਲ ਜੋੜਨਾ ਚਾਹੁੰਦਾ, ਉਹਨਾਂ ਦੇ ਰੱਬ ਵੀ ਵੱਖਰੇ ਵੱਖਰੇ ਨਹੀਂ ਰਹਿਣ ਦੇਣਾ ਚਾਹੁੰਦਾ। ਕਿ ਇੱਕ ਤੀਰਥ ਤੇ ਬੈਠਾ ਇੱਕ ਦਾ ਰੱਬ ਤੇ ਦੂਜੇ ਦਾ ਰੱਬ ਕਾਬੇ ਦੀ ਮਸਜਿਦ ਵਿੱਚ ਬੈਠਾ ਹੈ, ਉਹਨੂੰ ਉੱਥੇ ਮਿਲਣ ਜਾਣਾ ਪੈਂਦਾ, ਉਹਨੂੰ ਉੱਥੇ ਮਿਲਣ ਜਾਣਾ ਪੈਂਦਾ, ਦੋਵਾਂ ਦੇ ਰੱਬ ਵੱਖਰੇ ਵੱਖਰੇ ਬੈਠੇ। ਜ਼ਿੰਦਗੀ ਪਰ ਆਪਸ ਵਿੱਚ ਉਹ ਨਹੀਂ ਮਿਲੇ ਤੇ ਉਹਨਾਂ ਦੇ ਪੈਰੋਂ ਪਰ ਕਿਵੇਂ ਮਿਲਣਗੇ। ਨਾ ਤੀਰਥਾਂ ਵਾਲਾ ਰੱਬ ਹੱਜ ਗਿਆ ਹੈ ਤੇ ਨਾ ਹੱਜ ਕਾਬੇ ਵਿੱਚ ਬੈਠਾ ਹੋਇਆ ਰੱਬ ਕਦੇ ਤੀਰਥਾਂ ਤੇ ਆਇਆ, ਉਹ ਆਪਸ ਵਿੱਚ ਹੀ ਨਹੀਂ ਮਿਲੇ ਤੇ ਉਹਨਾਂ ਦੇ ਪੈਰੋਂ ਘਰ ਆਪਸ ਵਿੱਚ ਕਿਵੇਂ ਮਿਲਣਗੇ। ਇਸ ਲਈ ਉਹ ਵੀ ਕਦੀ ਨਹੀਂ ਮਿਲੇ। ਭਾਈ ਗੁਰਦਾਸ ਜੀ ਨੂੰ ਆਖਣਾ ਪਿਆ ਚਾਰ ਵਰਨ ਚਾਰ ਮਜ਼ਬਾਂ ਜੱਗ ਵਿੱਚ ਹਿੰਦੂ ਮੁਸਲਮਾਨ ਨੇ, ਖੁਦ ਹੀ ਬਖੀਲੀ ਤਕਬਰੀ ਖਿੱਚੋ ਤਾਣ ਕਰੇਣ ਤਿਨਾਣੇ ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨ ਦੋਨੋਂ ਵੱਖ ਹੋ ਗਏ, ਉਹਨਾਂ ਦੇ ਰੱਬ ਵੀ ਆਪਸ ਨਹੀਂ ਮਿਲੇ, ਉਹ ਵੀ ਨਹੀਂ ਮਿਲੇ। ਪਰ ਬਾਬਾ ਕਬੀਰ ਬੜੇ ਦਿਆਨੰਦ ਹੈ, ਕਹਿੰਦੇ ਨਾ ਮੈਂ ਕਾਬੇ ਚੜਨਾ, ਨਾ ਮੈਂ ਤੀਰਥਾਂ ਤੇ ਜਾਣਾ, ਨਾ ਤੀਰਥਾਂ ਤੇ ਮੇਰਾ ਰੱਬ ਰਹਿੰਦਾ, ਨਾ ਕਾਬੇ ਵਿੱਚ ਰਹਿੰਦਾ। ਹਜ ਕਾਬੇ ਜਾਓ ਨਾ ਤੀਰਥ ਪੂਜਾ, ਇੱਕੋ ਸੇਵੀ ਔਰ ਨਾ ਦੂਜਾ, ਇੱਕੋ ਸੇਵੀ ਔਰ ਨਾ ਦੂਜਾ। ਇਸੇ ਲਈ ਕਹਿ ਦਿੱਤਾ ਦੱਖਣ ਦੇਸ ਹਰੀ ਕਾ ਵਾਸਾ, ਪੱਛਮ ਅਲੋ ਮੁਕਾਮਲ, ਦਿਲ ਮੈਂ ਖੋਜ ਦਿਲੋ ਦਿਲ ਖੋਜੋ, ਇਹੀ ਠਾਉਰ ਮੁਕਾਮਲ। ਕਾਬੇ ਵਾਲਾ ਵੀ ਇੱਥੇ ਰਹਿੰਦਾ ਤੇ ਤੀਰਥਾਂ ਵਾਲਾ ਵੀ ਇੱਥੇ ਰਹਿੰਦਾ, ਇਸ ਲਈ ਨਾ ਮੈਂ ਤੀਰਥਾਂ ਤੇ ਜਾਣਾ, ਨਾ ਮੈਂ ਕਾਬੇ ਚੜ੍ਹਨਾ। ਕਹਿਣ ਲੱਗੇ ਗੁਰੂ ਨੇ ਵੀ ਆਖ ਦਿੱਤਾ ਬਾਣੀ ਵਿੱਚ, ਤੀਰਥ ਨਾਵਨ ਜਾਓ, ਤੀਰਥ ਨਾਵਨ ਜਾਓ, ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਕਹਿਣ ਲੱਗੇ ਮੈਂ ਗੋਮਤੀ ਤੇ ਵੀ ਨਹੀਂ ਜਾਂਦਾ, ਮੈਂ ਹੱਜ ਕਰਨ ਵੀ ਨਹੀਂ ਚਾਹੁੰਦਾ, ਬਲਕਿ
ਜਦੋਂ ਮੈਂ ਅੰਦਰ ਚੱਕ ਮਾਰਨਾ ਤੇ ਮੈਨੂੰ ਮਨ ਹੀ ਮੱਕਾ ਦਿਸਦਾ ਕਿ ਜੀ ਰੱਬ ਖੁਦਾ ਜਿੱਥੇ ਰਹਿੰਦਾ ਹੈ ਉਹ ਮੱਕਾ ਹੈ। ਮੈਂ ਕਿਹਾ ਕਿਸੇ ਮੱਕਾ ਦਾ ਵਸਤਾ ਮਕਾਨ ਤੋਂ ਹੀ ਬਣਿਆ, ਅਸੀਂ ਉਹਨੂੰ ਹੋਰ ਵਧਾਉਣਾ ਨੇ ਤੇ ਮਕਾਨ ਆਖਦੇ ਨੇ। ਮੱਕਾ ਦਾ ਵਸਤਾ ਮਕਾਨ ਤੋਂ ਬਣਿਆ, ਰਿਹਾਇਸ਼ ਦਾ ਜਿੱਥੇ ਰਹਿੰਦਾ ਹੈ। ਕਾਬਾ ਮੱਕਾ ਕੀ ਹੈ? ਰੱਬ ਦੀ ਰਿਹਾਇਸ਼ ਦਾ। ਤੇ ਗੁਰੂ ਇਹ ਕਹਿੰਦੇ ਨੇ ਮਨ ਘਰ ਮੱਕਾ ਕਿਬਲਾ ਕਰ ਦੇਹੀ। ਮਨ ਮੱਕਾ ਬਲਕਿ ਸਤਿਗੁਰੂ ਨੇ ਬਾਣੀ ਵਿੱਚ ਆਖ ਦਿੱਤਾ, ਕਹਿਣ ਲੱਗੇ ਕੋਟ ਜੋਤੀ ਰੁੱਖ ਕਰੇ, ਇੱਕ ਨਹੀਂ ਦੋ ਨਹੀਂ ਕਰੋੜ ਤੀਰਥਾਂ ਦਾ ਇਸ਼ਨਾਨ ਕਰ ਲਵੇ ਤੇ ਹਿਮਾਲਿਆ ਪਰਬਤ ਤੇ ਜਾ ਕੇ ਬਰਫ਼ ਵਿੱਚ ਆਪਣਾ ਤਨ ਗਰਕ ਕਰ ਦੇਵੇ, ਉੱਥੇ ਗਾਲ ਦੇਵੇ, ਜਾਣ ਦੀ ਅਹੁਤੀ ਦੇ ਦੇਵੇ ਤੇ ਆਖੇ ਰੱਬ ਰਾਜ਼ੀ ਹੋ ਜਾਏਗਾ। ਮੈਨੂੰ ਖੁਦਾ ਰਸਤੇ ਵਿੱਚ ਹੀ ਮਿਲ ਪਿਆ, ਆਖਣ ਲੱਗਿਆ ਕਬੀਰ ਕਿੱਧਰ ਚੱਲੇ ਆ? ਮੈਂ ਕਿਹਾ ਤੇਰੀ ਯਾਤ ਹੋਈ, ਤੈਨੂੰ ਮਿਲਣ ਵਾਸਤੇ ਤੇਰੇ ਘਰ ਜਾ ਰਹੇ। ਕਹਿੰਦੇ ਨੇ ਰੱਬ ਮੇਰੇ ਨਾਲ ਗੁੱਸੇ ਹੋ ਗਏ, ਨਾਰਾਜ਼ ਹੋ ਗਏ, ਲੜ ਪਿਆ। ਆਖਿਰ ਤੈਨੂੰ ਕਿਹਨੇ ਆਖਿਆ ਕਿ ਮੇਰਾ ਘਰ ਉੱਥੇ ਹੀ ਹੈ? ਅੱਜ ਕੱਲ੍ਹ ਦੇ ਹੁਣ ਜਾਇਦ ਥਾ ਅੱਗੇ ਮਿਲਿਆ ਖੁਦਾ ਹੈ, ਸਾਈਂ ਮੁੱਝ ਸਿਉਂ ਲੜ ਪਰਿਆ, ਤੁਝੇ ਕਿਹੜੇ ਫਰਮਾਈ ਕਰੇ? ਤੈਨੂੰ ਕਿਹਨੇ ਆਖਿਆ ਕਿ ਮੇਰਾ ਉਹ ਗਾਉਂ ਹੈ, ਮੇਰੀ ਉਹ ਨਗਰੀ ਹੈ, ਮੈਂ ਉੱਥੇ ਹੀ ਰਹਿਣਾ, ਮੈਂ ਕਿਸੇ ਹੋਰ ਥਾਂ ਤੇ ਨਹੀਂ ਰਹਿੰਦਾ? ਲੋ ਏਕ ਮਸੀਤ ਮਸਤ ਹੈ ਅਵਰ ਮੁਲਕ ਕਿਸ ਕੇਰਾ। ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਤੱਤ ਨਾਹਿਰਾ, ਦੋਨਾਂ ਨੇ ਤੱਤ ਨਹੀਂ ਸਮਝੇ ਤੇ ਬਾਬਾ ਕਬੀਰ ਆਇਆ ਸਮਝਾਉਣ ਲਈ। ਇਸ ਲਈ ਕਹਿੰਦਾ ਹਿੰਦੂ ਤੁਰਕ ਦੋ ਸਮਝਾਵਾਂ, ਇਸ ਲਈ ਆਪਣੀ ਲਾਈਫ ਵਿੱਚ ਕਹਿੰਦਾ ਹਿੰਦੂ ਤੁਰਕ ਦੋ ਸਮਝਾਵੋ, ਮੈਂ ਦੋਨਾਂ ਨੂੰ ਸਮਝਾਉਣਾ ਚਾਹੁੰਦਾ। ਤੂੰ ਤੀਰਥਾਂ ਤੇ ਪਿਆ ਪਰਮਣਾ ਹੈ, ਤੂੰ ਕਾਬੇ ਦੀ ਜ਼ਿਆਰਤ ਵਿੱਚ ਖੁਦਾਵੰਦ ਨੂੰ ਪਿਆ ਢੂੰਡਣਾ ਤੇ ਤੂੰ ਤੀਰਥਾਂ ਦੇ ਕੰਢਿਆ ਤੇ ਰੱਬ ਨੂੰ ਪਿਆ ਢੂੰਡਣਾ। ਦੋਨੋਂ ਹੀ ਆਪਣੇ ਜੀਵਨ ਦਾ ਸਮਾਂ ਪੈ ਗਵਾਉਂਦੇ ਹੋ, ਕਿਹਨਾਂ ਮੁਸ਼ਕਲਾਂ ਤੋਂ ਲੰਘ ਕੇ ਰੱਬ ਤਾਂ ਤੁਹਾਡੇ ਅੰਦਰ ਬੈਠਾ, ਉੱਥੇ ਵੇਖੋ। ਜਦੋਂ ਮਨ ਵਾਹੋ ਵਾਹੋ ਗਾਉਂਦਾ ਹੈ, ਜਦੋਂ ਮਨ ਵਾਹਿਗੁਰੂ ਵਾਹਿਗੁਰੂ ਆਖਦਾ ਹੈ ਨਾ, ਜਦੋਂ ਮਨ ਚਿੱਤ ਗੁਣਾ ਨਾਲ ਪ੍ਰਭੂ ਦੇ ਗੁਣਾ ਨਾਲ ਜੁੜ ਜਾਂਦਾ ਹੈ ਨਾ, ਉਹਦੀ ਸਿਫਤ ਸਲਾਹ ਜਪਦਾ ਹੈ, ਉਦੋਂ ਸਮਝ ਲਓ ਉਹ ਰੱਬ ਦੇ ਕੋਲ ਬੈਠਾ ਹੁੰਦਾ ਹੈ। ਕਹਿਣ ਲੱਗੇ ਹਜ ਹਮਾਰੀ ਗੋਮਤੀ ਨਾ, ਗੋਮਤੀ ਤੀਰ ਨਾ ਹਜ ਕਾਬੇ ਤੀਰ। ਤੂੰ ਕਿੱਥੇ ਜਾਣਾ? ਕਹਿਣ ਲੱਗੇ ਜਹਾਂ ਬਸੇ ਪੀਤਾਂਬਰ ਪੀਰ, ਜਿੱਥੇ ਪੀਤਾਂਬਰ ਪ੍ਰਭੂ ਵਸਦਾ ਹੈ। ਹੁਣ ਇੱਥੇ ਗੱਲ ਸਮਝਣੀ ਹੈ, ਕਿਉਂਕਿ ਪੀਤਾਂਬਰ ਰੱਬ ਲਈ ਅਕਾਲ ਪੁਰਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਪੜ੍ਹ ਲਓ, ਕਈ ਥਾਵਾਂ ਤੇ ਆਇਆ, ਇਸ ਲਈ ਕਹਿੰਦਾ ਪਰ ਬਾਣੀ ਵਿੱਚੋਂ ਬਾਣੀ ਦਾ ਜਵਾਬ ਮਿਲਦਾ। ਪੀਤਾਂਬਰ ਦਾ ਅਰਥ ਕੋਈ ਪੀਲੇ ਕੱਪੜੇ ਵਾਲਾ, ਕੋਈ ਸਾਧੂ ਨਹੀਂ, ਕੋਈ ਸਾਧੂ ਭੇਖ ਨਹੀਂ, ਕਿਸੇ ਸੰਪਰਦਾ ਦਾ ਨਾਂ ਨਹੀਂ। ਭਗਤ ਤ੍ਰਿਲੋਚਨ ਜੀ ਬੇਖਾਂ ਤੇ ਲਫ਼ਜ਼ ਕਹਿੰਦੇ
ਅੰਤਕਾਲ ਨਾਰਾਇਣ ਸਿਮਰੀ ਜਦੋਂ ਸਾਰਿਆਂ ਦੇ ਸਿਮਰਨ ਦਾ ਮਸਲਾ ਹੁੰਦਾ ਨਾ, ਯਾਦ ਦਾ ਮਸਲਾ ਹੁੰਦਾ, ਇੱਥੇ ਆ ਕੇ ਇੱਕ ਲਫ਼ਜ਼ ਕਹਿੰਦੇ ਅੰਤਕਾਲ ਨਾਰਾਇਣ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਬਦਲ ਤ੍ਰਿਲੋਚਨ ਤੇ ਨਰ ਮੁਕਤਾ ਅੱਗੇ ਪਿਤੰਬਰ ਵਰਗ ਕੇ ਹਿਰਦੇ ਵਸੇ। ਰੱਬ ਉਹਦੇ ਹਿਰਦੇ ਵਿੱਚ ਰਹਿੰਦਾ ਹੈ। ਪੀਤੰਬਰ ਰੱਬ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਤ੍ਰਿਲੋਚਨ ਨੇ ਵੀ ਆਖ ਦਿੱਤਾ। ਧਾੜ ਖੜੇ ਕੋ ਪੀਓ ਰਸਾਏ, ਮੋਏ ਬਤਾਓ ਜੋਤ ਤੋਂ ਰੱਖੇ, ਪੀਤ ਪਿਤੰਬਰ ਤੇ ਭਾਣ ਧਣੀ, ਥੰਭ ਮੈਂ ਹਰ ਪੱਖੇ। ਇੱਥੇ ਵੀ ਪੀਤੰਬਰ ਲੱਭਦਾ ਹੈ। ਪਿਤੰਬਰ ਦਾ ਅਰਥ ਹੈ ਪ੍ਰਭੂ, ਕਿਉਂਕਿ ਸਾਰਾ ਸੰਸਾਰ ਉਹਦਾ ਚੀਰਾ ਹੈ, ਅੰਬਰ ਹੈ। ਵੱਡੇ ਮੇਰੇ ਸਾਹਿਬਾ ਗੈਰ ਗੁਬੀਰਾ ਗੁਣੀ ਗਿਹਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਲ ਚੀਰਾ। ਚੀਰਾ ਤੋਂ ਹੁੰਦਾ ਵੱਡਾ ਕੱਪੜਾ, ਕੋਈ ਨੀ ਜਾਣਦਾ ਤੇਰਾ ਫੈਲਾਓ ਕਿੰਨਾ ਹੈ, ਤੇਰਾ ਚੀਰਾ, ਤੇਰਾ ਅੰਬਰ, ਤੇਰਾ ਕੱਪੜਾ ਪਹਿਰਾਵਾ ਕਿੰਨਾ ਵੱਡਾ ਹੈ। ਤੇ ਪੀਤ ਲਵਦ ਹੈ ਪੀਲੇਪਣ, ਬਿਲਕੁਲ ਠੀਕ ਹੈ। ਪਿਛਲੇ ਦਿਨਾਂ ਵਿੱਚ ਮੈਂ ਵਿਆਖਿਆ ਕਰਦੇ ਗੱਲ ਕਹੀ ਸੀ, ਗੱਲ ਸਮਝਿਓ। ਪੀਲਾਪਣ ਹੈ ਡਰ ਦੀ ਭੈ ਦੀ ਨਿਸ਼ਾਨੀ, ਲਾਲ ਰੰਗ ਹੈ ਚੜ੍ਹਦੀ ਕਲਾ ਦੀ ਨਿਸ਼ਾਨੀ। ਇਸ ਲਈ ਰੱਬ ਨੂੰ ਬਾਰ ਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਲਾਲ ਰੰਗ ਆਖਿਆ ਗਿਆ, ਤੇ ਸੰਸਾਰ ਜਿਹੜਾ ਹੈ ਦੁਨੀਆਂ ਨੂੰ ਪੀਲਾ ਰੰਗ ਦਿੱਤਾ ਗਿਆ, ਕਿਉਂਕਿ ਭੈ ਹੈ। ਸਗਲਿਆਂ ਭਾਉ ਲਿਖਿਆ ਜਾਵੇ, ਜਦੋਂ ਮਨੁੱਖ ਗੁੱਸੇ ਵਿੱਚ ਆਉਂਦਾ ਹੈ, ਜਦੋਂ ਚੜ੍ਹਦੀ ਕਲਾ ਵਿੱਚ ਹੁੰਦਾ ਹੈ, ਉਦੋਂ ਆਪਾਂ ਕਹਿੰਦੇ ਤੇਰੇ ਚਿਹਰੇ ਉੱਤੇ ਅੱਜ ਲਾਲੀਆਂ ਕਿਉਂ ਪਾ ਗਈਆਂ, ਉਦੋਂ ਰੰਗ ਲਾਲ ਹੁੰਦਾ ਚਿਹਰੇ ਦਾ। ਤੇ ਜਦੋਂ ਡਰ ਸਹਿਮ ਹੋ ਜਾਏ, ਕੀ ਗੱਲ ਹੈ ਕਿ ਪੀਲਾ ਪੈ ਗਈ ਹੈ, ਡਰ ਨਾਲ ਮਨੁੱਖ ਪੀਲਾ ਪੈਂਦਾ ਹੈ। ਤੇ ਸੰਸਾਰ ਜਿਹੜਾ ਹੈ ਉਹ ਹੈ ਡਰ। ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਹੁਣ ਜਿਹੜਾ ਉਹਦਾ ਚੀਰਾ ਹੈ, ਇਹ ਸੰਸਾਰ ਦਾ ਵੱਡਾ ਫੈਲਾਓ ਹੈ, ਇਹ ਸਾਰਾ ਪੀਲਾ ਹੈ। ਪ੍ਰਵਿਰਤ ਹੋਇਆ ਹੋਇਆ ਤੇ ਮੈਨੂੰ ਦਿਸਦਾ ਤੂੰ ਪੀਤਾਂਬਰ ਹੈ, ਅੱਜ ਤੂੰ ਪੀਲਾ ਕੱਪੜਾ ਪਾਇਆ, ਕਿਉਂਕਿ ਸੰਸਾਰ ਪੀਲਾ ਹੈ। ਕਿਉਂਕਿ ਜਿਹੜਾ ਤੂੰ ਕੱਪੜਾ ਪਾਉਣਾ ਹੈ, ਉਹ ਜਿਹੜਾ ਰੂਪ ਹੋ ਜਾਂਦਾ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਦੇ ਕੇ ਵੱਖਰੇ ਵੱਖਰੇ ਵੇਸ਼ ਨੇ। ਜਦੋਂ ਤੂੰ ਸੰਸਾਰ ਵਿੱਚ ਪ੍ਰਵਿਰਤ ਹੋਣਾ ਹੈ, ਉਦੋਂ ਤੇਰਾ ਨਾਮ ਮੈਂ ਸਮਝਣਾ ਪੀਤਾਂਬਰ ਹੈ, ਤੂੰ ਪੀਲਾ ਕੱਪੜਾ ਪਾਇਆ। ਇਸ ਵਾਸਤੇ ਜਦੋਂ ਵੀ ਕਿਸੇ ਭਗਤ ਜਣੇ ਨੇ ਪਿਤੰਬਰ ਆਖਿਆ, ਉਹਨੂੰ ਸੰਸਾਰ ਵਿੱਚ ਰਮਿਆ ਹੋਇਆ ਵੇਖ ਕੇ ਆਖਿਆ, ਇਹੋ ਗੱਲ ਬਾਬਾ ਕਬੀਰ ਜੀ ਨੇ ਇੱਥੇ ਵਰਤੀ ਹੈ। ਕਹਿਣ ਲੱਗੇ ਜਦੋਂ ਮੈਂ ਸੰਸਾਰ ਦੇ ਹਿਰਦੇ ਵਿੱਚ ਬੈਠਾ, ਕਿਸੇ ਮਨੁੱਖ ਦੇ ਮਨ ਦੇ ਅੰਦਰ ਬੈਠਾ ਹੋਇਆ ਰੱਬ ਮੈਂ ਵੇਖਣਾ, ਤੇ ਮੈਨੂੰ ਦੇਖ ਮੈਨੂੰ ਨਜ਼ਰ ਆਉਂਦਾ ਰੱਬ ਤੇ ਪਿਤੰਬਰ ਰੂਪ ਵਿੱਚ ਤੇਰੇ ਅੰਦਰ ਬੈਠਾ ਹੈ, ਅੰਦਰ ਬੈਠਾ ਹੈ। ਤੇ ਤੂੰ ਉਹਨੂੰ ਹਜ ਜਾ ਕੇ ਕੱਬ ਵਿੱਚ ਢੂੰਡ ਰਹੇ, ਰੱਬ ਤੇਰੇ ਅੰਦਰ ਬੈਠਾ ਹੈ, ਪਰ ਤੂੰ ਉਹਨੂੰ ਢੂੰਡਣ ਲਈ ਤੀਰਥਾਂ ਦੇ ਕਿਨਾਰੇ ਢੂੰਡ ਰਿਹਾ। ਕਹਿਣ ਲੱਗੇ ਮੈਂ ਨਾ ਤੀਰਥਾਂ ਤੇ ਜਾਣਾ, ਨਾ ਮੈਂ ਹੱਜ ਕਰ ਜਾਣਾ, ਕਿਉਂਕਿ ਮੈਂ ਤਾਂ ਉੱਥੇ ਜਾਣਾ ਜਿੱਥੇ ਰੱਬ ਰਹਿੰਦਾ ਹੈ, ਤੇ ਰੱਬ ਅੰਦਰ ਰਹਿੰਦਾ, ਪਿਤੰਬਰ ਬਣ ਕੇ ਰਵਿਆ ਹੋਇਆ। ਕਹਿਣ ਲੱਗੇ ਹੱਜ ਹਵਾਰੀ ਕੋ ਹੱਜ ਹਵਾਰੀ ਗੋਮਤੀ ਤੀਰ ਜਹਾਂ ਬਸੇ, ਕਿਉਂਕਿ ਜਹਾਂ ਲਫ਼ਜ਼ ਇੱਕ ਸ਼ਰਤ ਰੂਪ ਹੈ, ਟਿਕਾਣਾ ਰੂਪ ਨਹੀਂ। ਜਾਂ ਤਾਂ ਆਉਂਦੇ ਨਾ ਗੋਮਤੀ ਤੇ ਹੱਜ ਦੇ ਨਾਲ ਅਗਲੇ ਪਾਸੇ ਜਹਾਂ ਲਫ਼ਜ਼ ਨਾ ਆਉਂਦਾ ਤਾਂ ਆਉਂਦਾ, ਕਿਉਂਕਿ ਉੱਥੇ ਰੱਬ ਰਹਿੰਦਾ, ਤਾਂ ਉੱਥੇ ਰੱਬ ਰਹਿੰਦਾ। ਪਰ ਇੱਥੇ ਕੋਈ ਲਫ਼ਜ਼ ਤਾਂ ਨਹੀਂ, ਜਹਾਂ ਜਿੱਥੇ ਵੀ ਰੱਬ ਰਹਿੰਦਾ, ਜਹਾਂ ਬਸੇ ਹੱਜ ਹਵਾਰੀ ਗੋਮਤੀ ਤੀਰ ਜਹਾਂ ਬਸੇ ਪਿਤੰਬਰ ਪੀਰ। ਕਹਿਣ ਲੱਗੇ ਮੈਂ ਉੱਥੇ ਕੀ ਦੇਖਣਾ, ਮੇਰੇ ਮਨ ਦੀ ਅਵਸਥਾ ਬਦਲ ਜਾਂਦੀ ਹੈ ਜਿੱਥੇ ਮੇਰਾ ਰੱਬ ਰਹਿੰਦਾ ਹੈ।
ਹਿਰਦੇ ਵਿੱਚ ਜਿਸ ਮਨ ਦੀ ਮੈਂ ਇਹ ਗੱਲ ਕਹਿਣਾ ਮਨ ਕਰ ਪੱਕਾ ਕਿਬਲਾ ਕਰਦੇ ਜਿੱਥੇ ਮੈਂ ਇਹ ਗੱਲ ਕਹਿਣਾ ਕਿ ਮੇਰਾ ਮਨ ਹੀ ਤੀਰਥ ਹੈ, ਮੇਰਾ ਮਨ ਹੀ ਦੇਵਤਾ ਹੈ, ਮਨ ਹੀ ਮੇਰਾ ਮੰਦਰ ਹੈ, ਮਨ ਹੀ ਮੇਰਾ ਠਾਕੁਰ ਦੁਆਰਾ ਹੈ। ਇਸ ਲਈ ਮੈਂ ਤੀਰਥਾਂ 'ਤੇ ਵੱਖ ਵੱਖ ਨਹੀਂ ਕਰਦਾ। ਕਿਉਂ? ਕਿਉਂਕਿ ਮੇਰੇ ਮਨ ਵਿੱਚ ਪੀਤੰਬਰ ਰਵਿਆ ਹੋਇਆ ਪ੍ਰਭੂ ਦੇ, ਅਤੇ ਮਨ ਜਦੋਂ ਪ੍ਰਭੂ ਨਾਲ ਜੁੜ ਜੁੜ ਕੇ ਉਹਦੀ ਸਿਫਤ ਸਲਾਹ ਵਿੱਚ ਲੱਗਦਾ ਹੈ ਨਾ, ਮੈਨੂੰ ਬਹੁਤ ਚੰਗਾ ਲੱਗਦਾ ਉਹਦੀ ਰਸਨਾ ਤੋਂ ਉਹਦੇ ਨਾਲ ਜੁੜ ਕੇ, ਜਿਹੜਾ ਪ੍ਰਭੂ ਨਾਲ ਜੁੜ ਕੇ ਜਦੋਂ ਪ੍ਰਭੂ ਭਗਤੀ ਵਿੱਚ ਲੱਗਦਾ। ਕਹਾਣੀ ਤਾਂ ਸਾਰੀ ਬਣਦੀ ਮੈਨੂੰ ਤਾਂ ਮੇਰੇ ਮਾਲਕ ਦੀ ਸਿਫਤ ਸਲਾਹ ਚੰਗੀ ਲੱਗਦੀ ਹੈ। ਜਦੋਂ ਮਨ ਪ੍ਰਭੂ ਦੀ ਸਿਫਤ ਸਲਾਹ ਵਿੱਚ ਜੁੜਦਾ ਹੈ ਤੇ ਉਹਦੇ ਗੀਤ ਗਾਉਂਦਾ ਹੈ, ਉਹਦੀਆਂ ਵਡਿਆਈਆਂ ਕਰਦਾ ਹੈ, ਪੀਤੰਬਰ ਮੈਨੂੰ ਅੰਦਰ ਹੀ ਦਿਸ ਪੈਂਦਾ ਹੈ। ਨਾ ਮੈਨੂੰ ਗੋਮਤੀ 'ਤੇ ਜਾਣ ਦੀ ਲੋੜ ਪੈਂਦੀ ਹੈ, ਨਾ ਮੈਨੂੰ ਕਾਬੇ ਦੀ ਹੱਜ ਕਰਨ ਜਾਣ ਦੀ ਜ਼ਰੂਰਤ ਪੈਂਦੀ ਹੈ। ਬਲਕਿ ਜਿਹੜੇ ਕਾਬੇ ਦੀ ਹੱਜ ਕਰਨ ਵਾਲੇ ਨੇ ਉਹ ਅੱਲਾ ਦਾ ਆਪਣਾ ਰੂਪ ਚਿਤਰਦੇ ਨੇ। ਜਿਹੜੇ ਗੋਮਤੀ ਜਾਂ ਕਿਸੇ ਤੀਰਥ ਅਸਥਾਨ 'ਤੇ ਜਾਂਦੇ ਨੇ ਅਤੇ ਉੱਥੇ ਆਪਣੇ ਰੱਬ ਨੂੰ ਢੂੰਡਦੇ ਨੇ, ਉਹਨਾਂ ਨੇ ਆਪਣਾ ਰੱਬ ਦਾ ਰੂਪ ਚਿਤਵਿਆ ਹੋਇਆ ਹੈ, ਉਹਨੂੰ ਉਹ ਵਿਸ਼ਨੂੰ ਆਖਦੇ ਨੇ। ਹਿੰਦੂ ਮਤ ਦੇ ਮੁਤਾਬਕ ਤੀਰਥਾਂ 'ਤੇ ਜਿਹੜਾ ਰਹਿੰਦਾ ਉਹ ਵਿਸ਼ਨੂੰ, ਕਿਉਂਕਿ ਮੁੱਖ ਰੂਪ ਵਿੱਚ ਉਹ ਵਿਸ਼ਨੂੰ ਨੂੰ ਹੀ ਭਗਵਾਨ ਆਖਦੇ ਨੇ। ਪਰ ਬਾਬਾ ਕਬੀਰ ਜੀ ਨੇ ਬੜੀ ਖੂਬਸੂਰਤ ਐਗਜ਼ਾਮਪਲ ਦੇ ਕੇ ਇੱਕ ਗੱਲ ਸਮਝਾਈ, ਕਹਿਣ ਲੱਗੇ ਨਾਰਦ ਸਾਰਦ ਕਰੇ ਖਵਾਸੀ, ਉਹ ਵਿਸ਼ਨੂੰ ਜਿਹਦੀ ਸਿਫਤ ਸਲਾਹ ਨਾਰਦ ਸਾਰਦ ਕਰ ਰਹੇ ਨੇ, ਉਹ ਵਿਸ਼ਨੂੰ ਜਿਹਦੇ ਚਰਨਾਂ ਵਿੱਚ ਬੈਠੀ ਹੋਈ ਕਮਲਾ ਦਾਸੀ ਬਣ ਕੇ ਭਾਵ ਲਕਸ਼ਮੀ, ਹਿੰਦੂ ਮਤ ਦੇ ਮੁਤਾਬਕ ਕਮਲਾ ਲਕਸ਼ਮੀ ਨੂੰ ਆਖਦੇ ਨੇ ਅਤੇ ਲਕਸ਼ਮੀ ਵਿਸ਼ਨੂੰ ਦੀ ਪਤਨੀ ਹੈ। ਸ਼ਾਸਤਰ ਮੁਤਾਬਕ ਸਾਡਾ ਇਹਨਾਂ ਨਾਲ ਇਹਨਾਂ ਨਾਲ ਕੋਈ ਸੰਬੰਧ ਨਹੀਂ। ਪਰ ਬਾਬਾ ਕਬੀਰ ਜੀ ਕਹਿੰਦੇ ਨੇ ਜਿਹਨੂੰ ਉਹ ਵਿਸ਼ਨੂੰ ਰੂਪ ਪਰਮਾਤਮਾ ਆਖ ਕੇ ਨਾਰਦ ਸਾਰਦ ਸਿਫਤ ਕਰਦਾ ਦੱਸਦੇ ਨੇ ਅਤੇ ਜਿਹਦੇ ਚਰਨਾਂ ਵਿੱਚ ਕਮਲਾ ਦਾਸੀ ਬਣ ਕੇ ਲਕਸ਼ਮੀ ਦਾਸੀ ਬਣ ਕੇ ਬੈਠੀ ਕਹਿੰਦੇ ਨੇ, ਉਸ ਭਗਵਾਨ ਵਿਸ਼ਨੂੰ ਦੀ ਗੱਲ ਕਰਦੇ ਨੇ। ਕਹਿਣ ਲੱਗੇ ਜਦੋਂ ਮੇਰੇ ਜਦੋਂ ਮੇਰੀ ਰਸਨਾ ਅਤੇ ਉਹਦਾ ਨਾਮ ਪ੍ਰਭੂ ਦਾ ਆਉਂਦਾ ਹੈ ਨਾ, ਮੈਂ ਸਮਝਣਾ ਮੇਰੇ ਕੰਠ ਗਲ ਵਿੱਚ ਮਾਲਾ ਵੀ ਨਾਮ ਦੀ ਹੈ ਅਤੇ ਮੇਰੇ ਕੰਠ ਵਿੱਚ ਸ਼ਬਦ ਵੀ ਨਾਮ ਦਾ ਹੈ ਅਤੇ ਮੈਨੂੰ ਹੋਰ ਕਿਸੇ ਨਾ ਵਿਸ਼ਨੂੰ ਦੀ ਲੋੜ ਹੈ ਨਾ ਕਿਸੇ ਹੋਰ ਭਗਵਾਨ ਦੀ ਜ਼ਰੂਰਤ ਹੈ। ਜਿਹੜੇ ਅੱਲਾ ਅਤੇ ਭਗਵਾਨ ਨੂੰ ਵੱਖ ਵੱਖ ਬਣਾ ਕੇ ਢੂੰਡ ਰਹੇ ਨੇ, ਮੈਂ ਉਹਨਾਂ ਦੋਹਾਂ ਨੂੰ ਇਹ ਗੱਲ ਸਮਝਾ ਦੇਣਾ ਚਾਹੁੰਦਾ, ਆਓ ਤੀਰਥਾਂ 'ਤੇ ਵੀ ਕੁਝ ਨਹੀਂ, ਹੱਜ 'ਤੇ ਕਾਬਿਆਂ 'ਤੇ ਵੀ ਕੁਝ ਨਹੀਂ, ਨਾ ਕਿਸੇ ਵਿਅਕਤੀਗਤ ਕਿਸੇ ਇੱਕ ਵਿਅਕਤੀ ਨੂੰ ਤੁਸੀਂ ਵਿਸ਼ਨੂੰ ਬਣਾ, ਕਿਉਂਕਿ ਇਹਨਾਂ ਨੇ ਹਰ ਇੱਕ ਚੀਜ਼ ਨੂੰ ਵਿਅਕਤੀ ਨੂੰ ਦਿੱਤਾ। ਇਹ ਖਿਆਲ ਕਰੋ ਸਾਡਾ ਅਤੇ ਬ੍ਰਹਮਨਿਜ਼ਮ ਦਾ ਫਰਕ ਕੀ ਹੈ, ਉਹਨਾਂ ਨੇ ਹਰ ਇੱਕ ਚੀਜ਼ ਨੂੰ ਵਿਅਕਤੀ ਰੂਪ ਦਿੱਤਾ, ਹਰ ਇੱਕ ਦੇਵਤੇ ਨੂੰ ਇੱਕ ਵੱਖਰੀ ਸ਼ਕਲ ਦੇ ਦਿੱਤੀ। ਬਕਾਇਦਾ ਕਿਸੇ ਮੰਦਰ ਵਿੱਚ ਜਾਓ ਉਹਦੀ ਸ਼ਕਲ ਵੱਖਰੀ ਹੈ, ਜਿਸ ਦੇਵਤੇ ਦੇ ਮੰਦਰ ਜਾਓਗੇ ਉਹਦੀ ਸ਼ਕਲ ਬਣੇ, ਕਿਉਂਕਿ ਉਹਨੇ ਦੇਹ ਰੂਪ ਦੇਣਾ ਸੀ। ਗਿਆਨ ਰੂਪ ਨਾਲ ਪਰਖਣਾ ਹੋਰ ਚੀਜ਼ ਹੈ, ਇਹਨਾਂ ਅੱਖਾਂ ਨਾਲ ਦੇਖਣਾ ਹੋਰ ਚੀਜ਼ ਹੈ। ਪਿਛਲੇ ਦਿਨਾਂ ਵਿੱਚ ਇਹ ਟੌਪਿਕ ਆ ਚੁੱਕਾ ਹੈ ਕਿ ਸਤਿਗੁਰੂ ਨੇ ਬਾਣੀ ਵਿੱਚ ਆਖਿਆ ਦੇਖਣਾ ਬਹੁਤ ਜ਼ਰੂਰੀ ਹੈ ਅਤੇ ਮਨੁੱਖ ਢੂੰਡ ਪੈ ਗਿਆ, ਹੋਰ ਇਹਨਾਂ ਅੱਖਾਂ ਨਾਲ ਦੇਖਣਾ ਬਹੁਤ ਜ਼ਰੂਰੀ ਹੈ। ਹੁਣ ਇਹਨਾਂ ਅੱਖਾਂ ਨਾਲ ਤਾਂ ਠੋਸ ਚੀਜ਼ ਵੀ ਦੇਖੀ ਜਾ ਸਕਦੀ ਸੀ, ਸਥੂਲ ਚੀਜ਼ ਦੇਖੀ ਜਾ ਸਕਦੀ ਸੀ। ਜੇ ਰੱਬ ਨੂੰ ਇਹਨਾਂ ਅੱਖਾਂ ਨਾਲ ਦੇਖਣਾ ਜ਼ਰੂਰੀ ਹੈ ਤਾਂ ਸਾਨੂੰ ਰੱਬ ਵੀ ਸਥੂਲ ਹੀ ਬਣਾਉਣਾ ਪਏਗਾ, ਕਿਉਂਕਿ ਇਹਨਾਂ ਅੱਖਾਂ ਨਾਲ ਸੂਕਸ਼ਮ ਤਾਂ ਦਿਸਣਾ ਹੀ ਨਹੀਂ, ਸਥੂਲ ਹੀ ਦਿਸੇਗਾ। ਹੁਣ ਰੱਬ ਸੂਕਸ਼ਮ ਤੋਂ ਸੂਕਸ਼ਮ ਹੈ, ਉਸ ਦਿਨ ਵੀ ਲਫ਼ਜ਼ ਆਏ ਸਨ ਜਲ ਤੇ ਤਿਰ ਭਵਨ ਸਾਜਿਆ,
ਬੈਠੇ ਹਨ ਜਿਹੜੇ ਦਿਸਦੇ ਆ, ਜਿਹੜਾ ਸੰਸਾਰ ਸਾਡੀ ਨਿਗਾਹ ਵਿੱਚ ਆ ਰਿਹਾ, ਇਹ ਤਾਂ ਚੌਥੀ ਥਾਂ ਤੇ ਸਥੂਲ ਹੈ। ਸੱਚੇ ਤੇ ਪਹਿਲਾਂ ਸੱਚ ਸੂਖਸ਼ਮ ਹੈ, ਉਹ ਸੂਖਸ਼ਮ ਵਿੱਚੋਂ ਥੋੜੀ ਜਿਹੀ ਸਥੂਲਤਾ ਆਈ ਹੈ, ਉਹ ਹੈ ਪਵਨ। ਸੱਚੇ ਤੇ ਪਵਨਮ ਹੈ, ਪਵਨੇ ਤੇ ਹੋਰ ਸਥੂਲ ਆਇਆ ਤਾਂ ਆਇਆ ਜਲ ਪਾਣੀ ਸਥੂਲ ਹੁੰਦਾ ਗਿਆ, ਤੇ ਜਲ ਤੇ ਤਿਰ ਭਵਨ ਸਾਜਿਆ। ਇਹ ਸਾਰਾ ਕੁਝ ਜਿਹੜੀ ਸਾਜਨਾ ਹੈ ਉਹ ਜਲ ਤੋਂ ਹੈ, ਇਸ ਲਈ ਇਹ ਚੌਥੀ ਥਾਂ ਤੇ ਸਥੂਲ ਹੈ। ਹੁਣ ਇਹਨੂੰ ਪਿੱਛੇ ਲਜਾਓ ਤਾਂ ਚੌਥੀ ਥਾਂ ਤੇ ਸੂਕਸ਼ਮ ਜਾ ਕੇ ਭਟਕ ਨਹੀਂ ਦਿਸੇਗਾ। ਪਵਨ ਆਹਟ ਦਿੰਦੀ ਹੈ ਜਿਸਦੀ ਨੇ, ਅਸੀਂ ਆਖਦੇ ਹਾਂ ਕਿਸੇ ਪਾਸੋਂ ਹਵਾ ਦਾ ਬੁੱਲਾ ਆਇਆ, ਚਲੋ ਠੰਡੀ ਪੌਣ ਚੱਲੀ, ਪਰ ਜੇ ਅਸੀਂ ਆਖੀਏ ਉਸ ਠੰਡੀ ਪੌਣ ਨੂੰ ਦੇਖ ਲਈਏ, ਦੇਖ ਨਹੀਂ ਸਕਦੇ, ਮਾਣ ਸਕਦੇ ਅਹਿਸਾਸ ਕਰ ਨੱਕ ਦਿੰਦੀ ਹੈ, ਆਹਟ ਦਿੰਦੀ ਹੈ, ਪਰ ਦਿਸਦੀ ਨਹੀਂ। ਤੇ ਰੱਬ ਉਹਦੇ ਤੋਂ ਵੀ ਸੂਕਸ਼ਮ ਹੈ, ਕਿਉਂਕਿ ਉਹਦੇ ਸੂਕਸ਼ਮਪਣ ਤੋਂ ਪਵਨ ਨੇ ਜਨਮ ਲਿਆ। ਪਵਨ ਦਾ ਪਹਿਲਾ ਸਥੂਲ ਰੂਪ ਹੈ ਜਿਹੜਾ ਸੂਕਸ਼ਮ ਤੋਂ ਪੈਦਾ ਹੋਇਆ। ਸਾਚੇ ਤੇ ਪਵਨਮ ਹੈ, ਇਸ ਲਈ ਰੱਬ ਤਾਂ ਉਦੋਂ ਵੀ ਸੂਕਸ਼ਮ ਹੈ। ਇੱਕ ਵਾਰ ਵਿਚਾਰ ਕਰਦੇ ਹਾਂ, ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਕਿ ਐਡੀ ਅਜੀਬ ਗੱਲ ਹੈ, ਅਸੀਂ ਕਹਿੰਦੇ ਹਾਂ ਰੱਬ ਦਿਲ ਤੇ ਵੱਸਦਾ, ਗੁਰਬਾਣੀ ਨੇ ਵੀ ਆਖ ਦਿੱਤਾ ਵੀ ਰੱਬ ਦਿਲ ਤੇ ਵੱਸਦਾ। ਸਤਿਗੁਰ ਨੇ ਬਾਣੀ ਵਿੱਚ ਆਖਿਆ, ਦਿਲ ਮੈਂ ਖੋਜ ਦਿਲੋ ਦਿਲ ਖੋਜੋ, ਇਹੀ ਠੋਰ ਮੁਕਾਮਾ ਹੁਣੇ ਤੋਂ ਪਾਈ ਸੀ ਰੱਬ ਦਿਲ ਤੇ। ਅਤੇ ਮੈਂ ਕਿਹਾ ਰੱਬ ਜਿਸ ਦਿਲ ਤੇ ਰਹਿੰਦਾ ਹੈ ਉਹ ਦਿਲ ਤਾਂ ਇੰਨਾ ਮੁਲਾਇਮ ਇੰਨਾ ਸੂਕਸ਼ਮ ਹੈ ਕਿ ਕਿਸੇ ਦੀ ਜ਼ਬਾਨ ਦਾ ਨਿਕਲਿਆ ਹੋਇਆ ਇੱਕ ਲਫ਼ਜ਼ ਉਸ ਦਿਲ ਨੂੰ ਤੋੜ ਦਿੰਦਾ। ਆਪਾਂ ਕਹਿੰਦੇ ਹਾਂ ਤੂੰ ਆਹ ਗੱਲ ਕਹਿ ਕੇ ਮੇਰਾ ਦਿਲ ਤੋੜ ਦਿੰਦਾ ਹੈ, ਇੱਕ ਗੱਲ ਜਿਹੜੀ ਉਹ ਵੀ ਸੂਕਸ਼ਮ ਹੈ, ਵਚਨ ਵੀ ਸੂਕਸ਼ਮ ਹੈ, ਜੋ ਆਪਾਂ ਵਚਨ ਕਰਦੇ ਦਿਸਦਾ ਤਾਂ ਹੈ ਨਹੀਂ, ਵਚਨ ਵੀ ਸੂਕਸ਼ਮ ਹੈ, ਪਰ ਵਚਨ ਦੀ ਆਹਟ, ਵਚਨ ਦੀ ਠੋਕਰ, ਵਚਨ ਦਾ ਟਕਰਾਓ ਜਿਹੜਾ ਓਨੀ ਵੀ ਗੱਲ ਦਿਲ ਨਹੀਂ ਸਹਾਰਦਾ। ਦਿਲ ਇੰਨਾ ਸੂਕਸ਼ਮ ਹੈ, ਇੰਨਾ ਕੋਮਲ, ਕਿਹੜੀ ਅਜੀਬ ਗੱਲ ਹੈ, ਰੱਬ ਉਹਦੇ ਉੱਤੇ ਬੈਠਾ ਜਿਹੜਾ ਇੱਕ ਲਫ਼ਜ਼ ਨਾਲ ਟੁੱਟ ਜਾਂਦਾ ਹੈ, ਉਹਦੇ ਉੱਤੇ ਰੱਬ ਬੈਠਾ, ਉਹ ਟੁੱਟਿਆ ਨਹੀਂ। ਇਹਦਾ ਮਤਲਬ ਰੱਬ ਉਸ ਵਚਨ ਨਾਲੋਂ ਵੀ ਸੂਕਸ਼ਮ ਹੈ। ਇੱਕ ਵਚਨ ਦੇ ਨਾਲ ਤਾਂ ਦਿਲ ਟੁੱਟ ਸਕਦਾ ਹੈ, ਰੱਬ ਦੇ ਉੱਤੇ ਬੈਠਣ ਨਾਲ ਦਿਲ ਨਹੀਂ ਟੁੱਟਦਾ, ਤਾਂ ਇਹਦਾ ਮਤਲਬ ਰੱਬ ਕਿੰਨਾ ਸੂਕਸ਼ਮ ਹੋਇਆ, ਉਹ ਸੰਤ ਨੇ ਦੱਸੇ। ਪਰ ਬ੍ਰਹਮਣਿਜ਼ਮ ਨੇ ਸਾਨੂੰ ਇਸਦੇ ਉੱਠ ਕਰਤਾ, ਉਹਨੇ ਆਖਿਆ ਰੱਬ ਦੇਖਣਾ ਜ਼ਰੂਰੀ ਹੈ, ਇਸ ਲਈ ਰੱਬ ਤੈਨੂੰ ਮੈਂ ਸਥੂਲ ਬਣਾ ਦੇਣਾ, ਤੂੰ ਇਹ ਕਿਉਂ ਸੋਚਣਾ ਕਿ ਮੈਂ ਸੂਕਸ਼ਮ ਬਣਾ। ਹਾਲਾਂਕਿ ਗੁਰਬਾਣੀ ਨੇ ਇਸੇ ਲਈ ਬਾਰ ਬਾਰ ਇੱਕ ਗੱਲ ਸਪਸ਼ਟ ਕਰ ਦਿੱਤੀ, ਕਹਿਣ ਲੱਗੇ ਭਲਿਆ ਇਹ ਜਿਹੜੀਆਂ ਸਥੂਲ ਦੇਖਣ ਵਾਲੀਆਂ ਅੱਖਾਂ ਨੇ ਇਹਨਾਂ ਨਾਲ ਰੱਬ ਨਹੀਂ ਉਹ ਦਿਸਣਾ। ਅੱਖਾਂ ਨਾਲ ਤਾਂ ਕੇਵਲ ਲੋਈ ਲੋਕ ਦੇਖ ਸਕਦੇ ਨੇ, ਦੁਨੀਆਂ ਦੇਖ ਸਕਦੀ ਹੈ, ਉਹ ਅੱਖਾਂ ਹੋਰ ਨੇ ਜਿਨ੍ਹਾਂ ਨਾਲ ਰੱਬ ਦੇਖੀ ਲੈ। ਪਰ ਹੋਇਆ ਕੀ, ਬ੍ਰਹਮਣਿਜ਼ਮ ਨੇ ਸਾਨੂੰ ਮੁਕਾਬਲੇ ਵਿੱਚ ਕਿਵੇਂ ਪਾਇਆ, ਕੇਵਲ ਆਪਣੇ ਪਿੱਛੇ ਲਗਾਈ ਰੱਖਣ ਲਈ ਕਿ ਜਿਹਨੂੰ ਮਰਜ਼ੀ ਰੱਬ ਬਣਾ ਕੇ ਬਿਠਾ ਦਿਓ, ਆਖਣ ਲੈ ਆ ਰੱਬ। ਇਸ ਲਈ ਕਿਉਂਕਿ ਤੂੰ ਤੇਰਾ ਰੱਬ ਦੇਖਣਾ ਜ਼ਰੂਰੀ ਹੈ, ਉਹਦੇ ਦੇਖੇ ਬਿਨਾਂ ਤੇਰੀ ਮੁਕਤੀ ਨਹੀਂ, ਤੂੰ ਆਇਆ ਹੀ ਉਹਨੂੰ ਮਿਲਣ ਲਈ ਹੈ। ਸਤਿਗੁਰ ਨੇ ਬਾਣੀ ਵਿੱਚ ਵੀ ਆ ਦਿੱਤਾ, ਬਹੀ ਪ੍ਰਾਪਤ ਮਨ ਕੁਦੇਵਰੀਆ ਗੋਬਿੰਦ ਮਿਲਣ ਕੀ ਹੈ ਤੇਰੀ ਮਰਿਆ। ਹੁਣ ਜੇ ਗੋਬਿੰਦ ਨੂੰ ਤੂੰ ਇਹਨਾਂ ਅੱਖਾਂ ਨਾਲ ਦੇਖ ਕੇ ਮਿਲਣਾ ਤਾਂ ਗੋਬਿੰਦ ਸਥੂਲ ਹੋਣਾ ਚਾਹੀਦਾ, ਸੂਖਮ ਤਾਂ ਦੇਖਿਆ ਨਹੀਂ ਜਾ ਸਕਦਾ। ਇਹੋ ਕਾਰਨ ਸੀ ਬ੍ਰਹਮਣਿਜ਼ਮ ਨੇ ਜਿਹਨੇ ਦੇਵੀ ਦੇਵਤੇ ਜਿਹਨੇ ਭਗਵਾਨ ਬਣਾ ਦਿੱਤੇ ਸਾਰੇ ਸਥੂਲ ਬਣਾ ਦਿੱਤੇ, ਤਾਂ ਕਿ ਤੈਨੂੰ ਸੂਖਮ ਵਾਲੇ ਪਾਸੇ ਜਾਣਾ ਹੀ ਨਾ ਪਵੇ। ਪਰ ਗੁਰੂ ਦੀ ਗੁਰਮਤ ਨੇ ਕੋਈ ਚੀਜ਼ ਵੀ ਸਥੂਲ ਨਹੀਂ ਬਣਾਈ, ਤਾਂ ਕਿ ਮਨੁੱਖ ਇਸ ਚੱਕਰ ਵਿੱਚ ਪਿਆ ਹੋਇਆ ਵੱਡਿਆ ਨਾ ਜਾਏ।
ਜਿਹੜੀ ਚੀਜ਼ ਸਥੂਲ ਹੈ ਉਹ ਟੁੱਟ ਵੀ ਸਕਦੀ ਹੈ, ਜਿਹੜੀ ਸਥੂਲ ਹੈ ਉਹ ਕੈਦ ਵੀ ਕੀਤੀ ਜਾ ਸਕਦੀ ਹੈ, ਉਹਦੇ 'ਤੇ ਆਪਾਂ ਜਿਤਲਾ ਕੇ ਉਹਨੂੰ ਕਬਜ਼ਾ ਵੀ ਕੀਤਾ ਜਾ ਸਕਦਾ। ਅੱਜ ਗੁਰਦੁਆਰਿਆਂ 'ਤੇ ਕਬਜ਼ਾ ਹੋ ਰਿਹਾ, ਕਦੇ ਵੇਖਿਆ ਜੇ ਕਿਸੇ ਨੇ ਜਪੁਜੀ ਸਾਹਿਬ 'ਤੇ ਵੀ ਕਬਜ਼ਾ ਕੀਤਾ ਹੋਵੇ? ਲੋੜੀ ਨਹੀਂ, ਬਚਨ ਸਤਿਗੁਰ, ਬਚਨ ਬਚਨ ਹੈ ਸਤਿਗੁਰ, ਆਖਰ ਤਾਂ ਜਪੁਜੀ ਸਾਹਿਬ ਦਾ ਬਚਨ ਹੈ ਨਾ। ਬਚਨ ਉੱਤੇ ਕਬਜ਼ਾ ਨਹੀਂ ਹੋ ਸਕਦਾ, ਸੂਖਮ ਹੈ। ਪਰ ਪਾਲਕੀ ਵਿੱਚ ਬੈਠਾ ਹੋਇਆ, ਜਿਸ ਪਾਲਕੀ ਵਿੱਚ ਬੈਠਾ ਹੋਇਆ ਗ੍ਰੰਥੀ ਸਿੰਘ ਹੁਕਮਨਾਮਾ ਸੁਣਾ ਰਿਹਾ, ਉਸ ਪਾਲਕੀ ਤੇ ਕਬਜ਼ਾ ਹੋ ਸਕਦਾ? ਸਥੂਲ ਹੈ, ਸੂਖਮ ਨੇ। ਹੁਣ ਇਹੋ ਗੱਲ ਬਾਬਾ ਕਬੀਰ ਜੀ ਬਾਰ ਬਾਰ ਸਮਝਾ ਰਹੇ ਨੇ, ਕਹਿੰਦੇ ਨੇ ਮੈਨੂੰ ਨਾ ਕਿਸੇ ਹੱਜ ਕਾਬੇ ਜਾਣ ਦੀ ਲੋੜ ਹੈ, ਨਾ ਕਿਸੇ ਤੀਰਥ ਤੇ ਜਾਣ ਦੀ ਜ਼ਰੂਰਤ ਹੈ। ਮੇਰਾ ਤਾਂ ਪੀਤਾਂਬਰ ਜਿਹੜਾ ਸੰਸਾਰ ਵਿੱਚ ਰਵਿਆ ਹੋਇਆ ਪ੍ਰਭੂ ਹੈ, ਉਹ ਅੰਦਰ ਬੈਠਾ ਹੈ। ਜਦੋਂ ਮਨ ਵਾਹ ਵਾਹ ਕਹਿ ਕੇ ਉਹਦੀ ਸਿਫਤ ਸਲਾਹ ਵਿੱਚ ਜੁੜਦਾ, ਉਹਦੇ ਨਾਲੋਂ ਮੈਨੂੰ ਹੋਰ ਚੰਗੀ ਗੱਲ ਕੋਈ ਨਹੀਂ ਲੱਗਦੀ। ਨਾ ਮੈਂ ਕਿਸੇ ਵਿਸ਼ਨੂੰ ਨੂੰ ਸਥੂਲ ਰੂਪ ਵਿੱਚ ਦੇਖਣਾ ਚਾਹੁੰਦਾ, ਨਾ ਮੈਂ ਉਹਦੇ ਚਰਨਾਂ ਵਿੱਚ ਬੈਠੀ ਦਾਸੀ ਬਣ ਕੇ ਕਮਲਾਂ ਨੂੰ ਧਿਆਣਾ ਚਾਹੁੰਦਾ। ਮੈਂ ਤਾਂ ਮੇਰੇ ਤਾਂ ਕੰਠ ਵਿੱਚ ਮਾਲਾ ਹੈ ਰਾਮ ਨਾਮ ਦੀ। ਇਸ ਲਈ ਬਾਣੀ ਅੰਦਰ ਬਾਰ ਬਾਰ ਦਿੱਤਾ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਹੋਰ ਮੈਨੂੰ ਕਿਸੇ ਸਿਮਰਨੀ ਦੀ ਲੋੜ ਨਹੀਂ ਜਿਹੜੀ ਦਿਸਦੀ ਹੋਵੇ ਵੀ ਆਹ ਮਾਲਾ ਮੈਂ ਹੱਥ ਵਿੱਚ ਫੜ ਕੇ ਜਪ ਰਿਹਾ, ਆਹ ਮਾਲਾ ਮੈਂ ਗਲ ਵਿੱਚ ਪਾਈ ਹੋਈ ਹੈ, ਅਤੇ ਮਾਲਾ ਗਲ ਵਿੱਚ ਪਾਈ ਹੋਈ ਵੀ ਮੇਰਾ ਸੰਤ ਸਰੂਪ ਬਣਾ ਦੇਵੇ ਅਤੇ ਹੱਥ 'ਚ ਫੜੀ ਹੋਈ ਵੀ ਮੇਰਾ ਪਖੰਡ ਬਣਾ ਦੇਵੇ। ਕਹਿਣ ਲੱਗੇ ਨਹੀਂ, ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ। ਹਰ ਚੀਜ਼ ਨੂੰ ਸੂਖਸ਼ਮਤਾ ਲੈ ਕੇ ਗਏ, ਪਰ ਇੱਥੇ ਵੀ ਕਹਿਣ ਲੱਗੇ ਮੈਂ ਇਹ ਸੂਖਸ਼ਮਤਾ ਦੀ ਜਿਹੜੀ ਕਸਵੱਟੀ ਹੈ ਇਹ ਦੋਹਾਂ ਨੂੰ ਸਮਝਾਉਣਾ ਚਾਹੁੰਦਾ। ਉਹ ਭਰਿਓ ਇਸਲਾਮ ਵਿੱਚ ਰਹਿਣ ਵਾਲੇ ਹੋ, ਉਹ ਭਰਿਓ ਹਿੰਦੂਇਜ਼ਮ ਵਿੱਚ ਰਹਿਣ ਵਾਲੇ ਹੋ, ਆਓ ਸਥੂਲ ਨੂੰ ਛੱਡੋ, ਕਿਸੇ ਗਿਆਨ ਰੂਪੀ ਸੂਖਸ਼ਮ ਦੇ ਨੇੜੇ ਹੋਵੋ, ਜਿਹੜਾ ਗਿਆਨ ਰੂਪ ਸੂਖਸ਼ਮਤਾ ਜਿਹੜੀ ਹੈ ਉਹ ਵੰਡੀ ਨਹੀਂ ਜਾ ਸਕਦੀ, ਉਹਦੇ 'ਤੇ ਕਬਜ਼ਾ ਨਹੀਂ ਕੀਤਾ ਜਾ ਸਕਦਾ, ਉਹਨੂੰ ਚੋਰੀ ਨਹੀਂ ਕੀਤਾ ਜਾ ਸਕਦਾ। ਇਸੇ ਲਈ ਬਾਣੀ ਅੰਦਰ ਬਾਰ ਬਾਰ ਇਹ ਗੱਲ ਆਖੀ, ਸਥੂਲ ਧਨ ਜਿਹੜਾ ਉਹਨੂੰ ਤਾਂ ਰਾਤ ਚੋਰੀ ਕਰਕੇ ਚੋਰ ਲੈ ਜਾਣਗੇ, ਪਰ ਜਿਹੜਾ ਸੂਖਸ਼ਮ ਧਨ ਹੈ ਉਹ ਤਾਂ ਦਿਸਣਾ ਹੀ ਨਹੀਂ, ਕਿਉਂਕਿ ਇਹਨਾਂ ਅੱਖਾਂ ਨਾਲ ਦੇਖਿਆ ਨਹੀਂ ਜਾ ਸਕਦਾ, ਉਹ ਤਾਂ ਗਿਆਨ ਦੀਆਂ ਅੱਖਾਂ ਨਾਲ ਹੀ ਦਿਸਦਾ। ਕਹਿਣ ਲੱਗੇ ਇਸ ਲਈ ਜਿਹੜਾ ਨਾਮ ਰੂਪੀ ਧਨ ਹੈ ਨਾ, ਪ੍ਰਭੂ ਦੀ ਸਿਫਤ ਸਲਾਹ ਰੂਪੀ ਧਨ ਹੈ, ਉਹ ਕਦੀ ਚੋਰ ਵੀ ਨਹੀਂ ਲਿਜਾ ਸਕਦੇ, ਉਹਨੂੰ ਕੋਈ ਠੱਗ ਵੀ ਨਹੀਂ ਲਿਜਾ ਸਕਦੇ, ਉਹਦਾ ਕਦੀ ਨੁਕਸਾਨ ਅਤੇ ਘਾਟਾ ਵੀ ਨਹੀਂ ਪੈ ਸਕਦਾ। ਬਾਬਾ ਕਬੀਰ ਜੀ ਆਪਣੀ ਰਸਮ ਤੋਂ ਕਹਿਣ ਲੱਗੇ ਮੈਂ ਦੋਵਾਂ ਨੂੰ ਇਹ ਗੱਲ ਸਮਝਾਉਣਾ ਚਾਹੁੰਦਾ, ਇਸ ਧਨ ਕੋ ਤਸਕਰ ਜੋ ਨਾ ਸਕੇ, ਰਾਮ ਗੁਣ ਗਾਓ ਹਿੰਦੂ
ਇਸ ਲਈ ਮੇਰੇ ਮਨ ਨੂੰ ਤਾਂ ਕੇਵਲ ਪ੍ਰਭੂ ਦੀ ਸਿਫਤ ਸਲਾਹ ਹੀ ਚੰਗੀ ਲੱਗਦੀ, ਕਿਉਂਕਿ ਜਿੱਥੇ ਉਹਦੀ ਸਿਫਤ ਸਲਾਹ ਹੋਵੇ ਉੱਥੇ ਪੀਤੰਬਰ ਆਪ ਵੱਸਦਾ ਹੈ। ਜਿੱਥੇ ਨਾਮ ਜਪਿਆ ਜਾਏ, ਸਿਫਤ ਸਲਾਹ ਹੋਵੇ, ਰੱਬ ਉੱਥੇ ਰਹਿੰਦਾ। ਰੱਬ ਨਾ ਹੱਜ ਕਰਨ ਗਿਆ ਕਾਬੇ ਵਿੱਚ ਮਿਲਦਾ, ਨਾ ਤੀਰਥ ਯਾਤਰਾ ਕਰਨ ਗਿਆ ਤੀਰਥਾਂ 'ਤੇ ਮਿਲਦਾ। ਜਿਸ ਦਿਨ ਤੂੰ ਰੱਬ ਨਾਲ ਅੰਦਰੋਂ ਜੁੜ ਜਾਏਗਾ, ਉਹ ਇੰਨਾ ਸੂਖਸ਼ਮ ਹੈ, ਤੇਰੇ ਅੰਦਰ ਵੱਸ ਰਿਹਾ। ਜਿਸ ਦਿਨ ਸੁਰਤ ਰੂਪੀ ਸੂਖਸ਼ਮਤਾ ਨਾਲ ਅੰਦਰ ਜੁੜ ਜਾਏਗਾ, ਤੈਨੂੰ ਅੰਦਰੋਂ ਹੀ ਮਿਲ ਪਾਏਗਾ। ਕੀ ਵੇਖੇਗਾ? ਕਹਿਣ ਲੱਗੇ ਹੱਜ ਅੱਜ ਹਮਾਰੀ ਗੋਮਤੀ ਤੀਰ, ਜਹਾਂ ਬਸੇ ਪੀਤੰਬਰ ਪੀਰ, ਵਾਹੋ ਵਾਹੋ ਕਿਆ ਖੂਬ ਗਾਵਤਾ ਹੈ, ਹਰ ਕਾ ਨਾਮ ਮੇਰੇ ਮਨ ਭਾਵਤਾ ਹੈ। ਇਸ ਲਈ ਸੂਖਸ਼ਮ ਪ੍ਰਭੂ ਨੂੰ ਮਿਲਣ ਲਈ ਸੂਖਸ਼ਮ ਅੱਖਾਂ ਚਾਹੀਦੀਆਂ ਨੇ। ਇਸ ਲਈ ਕਹਿ ਦਿੱਤਾ ਬਾਣੀ ਨੇ ਫੈਸਲਾ ਦੇ ਕੇ, ਕਹਿਣ ਲੱਗੇ ਸੁਰਤ ਲੋਇਨ ਸੁਰਤ ਕਰੇ, ਸੁਰਤ ਨੂੰ ਲੋਇਨ ਬਣਾਉਣਾ, ਲੋਇਨ ਸੁਰਤ ਕਰੇ। ਨਾਨਕ ਕਹੇ ਸਿਆਣੀਏ ਇਹ ਵਕੰਤ ਮਿਲਾਵਾ ਹੋਇਆ ਹੈ। ਰੱਬ ਨੂੰ ਮਿਲਣ ਲਈ ਤਾਂ ਬਹੁਤ ਜ਼ਰੂਰੀ ਹੈ ਪੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ। ਪੈ ਦੇ ਪੈਰ ਬਣਾ ਅਤੇ ਹੱਥ ਬਣਾ ਭਾਵਨਾ ਦੇ, ਭਾਵਨਾ ਦੇ ਪਿਆਰ ਦੇ, ਅਤੇ ਸੁਰਤ ਨੂੰ ਅੱਖਾਂ ਬਣਾ ਲੈ। ਸੂਖਸ਼ਮ ਹੈ ਨਾ ਸੁਰਤ, ਸੁਰਤ ਦਿਸਦੀ ਨਹੀਂ। ਕਿਸੇ ਅਦਿੱਖ ਚੀਜ਼ ਨੂੰ ਦੇਖਣਾ ਹੋਵੇ ਅਦਿੱਖ ਹੀ ਅੱਖਾਂ ਚਾਹੀਦੀਆਂ ਨੇ। ਕਹਿਣ ਲੱਗੇ ਸੁਰਤ ਅਦਿੱਖ ਹੈ, ਅੱਖਾਂ ਬਣਾ ਲੈ ਸੁਰਤ ਨੂੰ, ਫਿਰ ਰੱਬ ਦਿਸ ਪਏਗਾ, ਰੱਬ ਮਿਲ ਪਏਗਾ। ਨਾ ਤੈਨੂੰ ਤੀਰਥਾਂ 'ਤੇ ਜਾਣ ਦੀ ਲੋੜ ਪਵੇਗੀ, ਨਾ ਤੈਨੂੰ ਕਾਬੇ ਦੀ ਜ਼ਿਆਰਤ ਦੀ ਜ਼ਰੂਰਤ ਪੈਗੀ। ਤੂੰ ਮਹਿਸੂਸ ਕਰੇਗਾ ਮੇਰੇ ਅੰਦਰ ਹੀ ਕਾਬਾ ਹੈ, ਮੇਰੇ ਅੰਦਰ ਹੀ ਤੀਰਥ ਨੇ। ਇਹਨਾਂ ਸ਼ਬਦਾਂ ਨਾਲ ਕਿਵੇਂ ਦਾ ਜਾ ਚੁੱਕਾ ਬੇਨਤੀ ਕਰਨਾ ਜੀਵਨ ਦਾ ਇਸ ਤਰ੍ਹਾਂ ਦਾ ਸਿਸਟਮ ਬਣਿਆ ਹੋਇਆ ਹੈ। ਇਸ ਵਾਰ ਥੋੜ੍ਹਾ ਜਿਹਾ ਕੌਮੀ ਕਾਜ ਲੈ ਲਓ, ਕੁਝ ਮਿਹਾਰ ਜਲਦੀ ਜਾਣ ਦਾ ਪ੍ਰੋਗਰਾਮ ਬਣਿਆ। ਇਹ ਬਚਨ ਕਰਨਾ ਸਤਿਗੁਰੂ ਬਖਸ਼ਿਸ਼ ਕਰੇ, ਮੇਰੇ ਬਚਨ ਦਾ ਕੀ ਹੋਇਆ ਵੀ ਜਲਦੀ ਹੀ ਵਾਪਸ ਆਵਾਂ। ਇਸ ਲਈ ਕੱਲ੍ਹ ਸਵੇਰ ਦੀ ਹਾਜ਼ਰੀ ਤੋਂ ਬਾਅਦ ਇੱਕ ਵਾਰ ਆਪ ਜੀ ਪਾਸੋਂ ਇਜਾਜ਼ਤ ਲੈਣਾ ਕੁਝ ਸਮੇਂ ਲਈ। ਕੋਸ਼ਿਸ਼ ਕਰਾਂਗਾ ਆਪਣਾ ਪਰਿਵਾਰ, ਪਹਿਲੇ ਅਰਜ਼ ਕਰਦਾ ਆਪਣਾ ਪਰਿਵਾਰ ਕਦੀ ਭੁੱਲਦਾ ਨਹੀਂ, ਇਹ ਕਿਉਂ ਕਾਲ ਪਰਿਵਾਰ ਹੈ। ਛੇਤੀ ਵਾਪਸ ਆ ਕੇ ਫਿਰ ਤੁਹਾਡੇ ਕੋਲ, ਜਿਵੇਂ ਸਤਿਗੁਰੂ ਨੂੰ ਪਾਏ, ਅਗਰ ਉਹਦੀ ਮਰਜ਼ੀ 'ਤੇ ਨਿਰਭਰ। ਮਨੁੱਖ ਦੇ ਆਪਣੇ ਕਿਆ ਫਿਰ ਹੁੰਦੇ, ਜੇ ਉਸਨੂੰ ਚਾਹਿਆ ਫਿਰ ਆਪ ਜੀ ਦੇ ਵਿੱਚ ਬੈਠ ਕੇ ਵਾਪਸ ਆ ਕੇ ਹਾਜ਼ਰੀ ਭਰਾਂਗਾ ਇੱਕ ਵਾਰ। ਕੱਲ੍ਹ ਸਵੇਰ ਦੀ ਹਾਜ਼ਰੀ ਭਰ ਕੇ ਕੁਛ ਕਰ ਜਾਣਾ ਵੀ ਜਲਦੀ ਹੈ। ਕੱਲ੍ਹ ਸ਼ਾਮ ਦਾ ਪ੍ਰੋਗਰਾਮ ਕਲੋਨਾ ਬੀ ਸੀ, ਉੱਥੇ ਪਹੁੰਚ ਕੇ ਹਾਜ਼ਰੀ ਭਰਨੀ। ਸੋ ਕੱਲ੍ਹ ਸਵੇਰ ਦੀ ਹਾਜ਼ਰੀ ਭਰ ਕੇ ਆਪ ਜੀ ਪਾਸ ਫਿਰ ਜਾਣਾ। ਇਹ ਨਿਕਮਾ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।